ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਚੈਨਲ ਪੰਜਾਬ ਵੈਦਰ 'ਤੇ ਸਵਾਗਤ ਹੈ ਤੁਹਾਡਾ ਸਭ ਦਾ। ਮੌਸਮ ਦੀ ਗੱਲ ਕਰਦੇ ਹਾਂ ਪੰਜਾਬ ਦੀ, ਅੱਜ ਆਪਾਂ ਗੱਲ ਕਰਾਂਗੇ 25 ਅਤੇ 26 ਅਪ੍ਰੈਲ ਦੀ, ਕਿ ਦੋ ਦਿਨਾਂ ਵਿੱਚ ਮੌਸਮੀ ਹਲਚਲਾਂ ਕੀ ਰਹਿਣ ਦੇ ਆਸਾਰ ਨੇ ਪੰਜਾਬ ਦੇ ਵਿੱਚ। ਪਹਿਲਾਂ ਤਾਜ਼ਾ ਸੈਟੇਲਾਈਟ ਤਸਵੀਰ ਦੇਖ ਰਹੇ ਹਾਂ। ਮੌਸਮ ਫਿਲਹਾਲ ਸਾਫ਼ ਹੈ, ਖੁਸ਼ਕ ਹੈ, ਜੋ ਹਲਕੇ ਟੁੱਟਵੇਂ ਛੋਟੇ ਮੋਟੇ ਬੱਦਲੀਆਂ ਬਣੀਆਂ ਹੋਈਆਂ ਸਨ ਪੰਜਾਬ ਦੇ ਉੱਪਰ ਦੀ ਉਹ ਗੁਜ਼ਰ ਰਹੇ ਸਨ, ਉਹ ਲਗਭਗ ਹੁਣ ਟਲ ਚੁੱਕੇ ਨੇ। ਮੌਸਮ ਜਿਹੜਾ 25 ਤਰੀਕ ਨੂੰ ਸਾਫ਼ ਹੀ ਰਹੂਗਾ। ਹਵਾਵਾਂ ਪਰ ਪੂਰਬ ਦਿਸ਼ਾ ਤੋਂ, ਉੱਤਰ ਪੂਰਬ ਦਿਸ਼ਾ ਤੋਂ ਲਗਾਤਾਰ ਵਗਦੀਆਂ ਰਹਿਣਗੀਆਂ ਅੱਜ ਅਤੇ ਕੱਲ੍ਹ ਨੂੰ ਵੀ। ਸੋ ਇਹਨਾਂ ਨਵੀਂ ਭਰਪੂਰ ਹਵਾਵਾਂ ਦੇ ਚੱਲਦੇ ਕੁਝ ਟੈਂਪਰੇਚਰ ਦੇ ਵਿੱਚ ਜਿਹੜੀ ਗਿਰਾਵਟ ਆ ਉਹ ਥੋੜ੍ਹੀ ਜਿਹੀ ਹਾਲੇ ਵੀ ਬਣੀ ਰਹੇਗੀ। ਦਿਨ ਦਾ ਵੱਧੋ ਵੱਧ ਤਾਪਮਾਨ ਜਿਹੜਾ ਲਗਭਗ 34 ਤੋਂ 36 ਡਿਗਰੀ ਦੇ ਆਸ ਪਾਸ ਹੀ ਰਹੇਗਾ, ਜਿਹੜੇ ਕਿ ਪਿਛਲਾ ਦਿਨਾਂ ਦੇ ਵਿੱਚ 40 ਡਿਗਰੀ ਤੋਂ ਵੀ ਪਲੱਸ ਹੋ ਗਿਆ ਸੀ ਕਈ ਇਲਾਕਿਆਂ ਦੇ ਵਿੱਚ। ਸੋ ਦਿਨ ਦੇ ਵੇਲੇ ਟੈਂਪਰੇਚਰ ਥੋੜ੍ਹਾ ਜਿਹਾ ਡਾਊਨ ਰਹੇਗਾ, ਥੋੜ੍ਹੀ ਜਿਹੀ ਹਵਾ ਵਿੱਚ ਨਮੀ ਹੋਣ ਕਰਕੇ ਜਦੋਂ ਦੁਪਹਿਰ ਦੇ ਆਸ ਪਾਸ ਥੋੜ੍ਹਾ ਜਿਹਾ ਟੈਂਪਰੇਚਰ ਵਧੇਗਾ ਤਾਂ ਹੁੰਮਸ ਵਰਗਾ ਮਾਹੌਲ ਜਿਹੜਾ ਉਹ ਥੋੜ੍ਹਾ ਜਿਹਾ ਦੇਖਣ ਨੂੰ ਮਿਲ ਸਕਦਾ ਹੈ ਕੁਝ ਹਿੱਸਿਆਂ ਦੇ ਵਿੱਚ। ਅਤੇ ਹੁਣ ਗੱਲ ਕਰੀਏ ਬੱਦਲਵਾਈ ਮੀਂਹ ਦੀ। ਫਿਲਹਾਲ ਕੋਈ ਜ਼ਿਆਦਾ ਵੱਡੀ ਮੌਸਮੀ ਹਲਚਲ ਬਣਦੀ ਹੋਈ ਨਜ਼ਰ ਨਹੀਂ ਆ ਰਹੀ ਹੈ। 70-80% ਸਾਰ ਨੇ ਕਿ ਪੰਜਾਬ ਦਾ ਮੌਸਮ ਠੀਕ ਠਾਕ ਹੀ ਬਣਿਆ ਰਹੇਗਾ, ਲਗਭਗ ਕਿਸੇ ਇਲਾਕੇ ਦੇ ਵਿੱਚ ਕੋਈ ਜ਼ਿਆਦਾ ਵੱਡੀ ਮੌਸਮੀ ਹਲਚਲ ਹੋਣ ਦੇ ਆਸਾਰ ਨਹੀਂ ਹਨ। ਪਰ ਇਸ ਪੂਰਬੀ ਹਵਾਵਾਂ ਦੇ ਚੱਲਦੇ ਕਿਉਂਕਿ ਨਵੀਂ ਵਧੀ ਹੋਈ ਹੈ, ਸੋ ਅਜਿਹੇ ਦੇ ਵਿੱਚ ਜਿਹੜੇ ਛੋਟੇ ਮੋਟੇ ਬੱਦਲ ਅਚਾਨਕ ਕਈ ਵਾਰ ਬਣ ਜਾਂਦੇ ਨੇ, ਜਿਨ੍ਹਾਂ ਦੇ ਚੱਲਦੇ ਕੁਝ 2-4 ਜ਼ਿਲ੍ਹਿਆਂ ਦੇ ਵਿੱਚ ਆਪਾਂ ਨੂੰ ਅਚਾਨਕ ਮੌਸਮ ਬਿਲਕੁਲ ਸਾਫ਼ ਹੁੰਦਾ ਤਾਂ 1 ਘੰਟੇ ਦੇ ਵਿੱਚ ਹੀ ਅਜਿਹੀ ਕੁਝ ਬੱਦਲ ਛੋਟੇ ਮੋਟੇ ਬਣਦੇ ਜਿਨ੍ਹਾਂ ਨਾਲ ਹਨੇਰੀ ਚੱਲ ਜਾਂਦੀ ਹੈ, ਤੇਜ਼ ਹਵਾਵਾਂ, ਗਰਦ ਚਮਕ ਵੀ ਹੋ ਜਾਂਦੀ ਹੈ ਅਤੇ ਤੇਜ਼ ਛਰਾਟੇਦਾਰ ਮੀਂਹ ਵੀ ਕੁਝ 15-20 ਮਿੰਟ ਤੋਂ ਲੈ ਕੇ 1/2 ਘੰਟੇ ਤੱਕ ਦਾ ਸਪੈਲ ਲਾ ਕੇ ਲਗਭਗ ਇਸ ਤੋਂ ਬਾਅਦ ਮੌਸਮ ਫਿਰ ਇੱਕਦਮ ਸਾਫ਼ ਹੋ ਜਾਂਦਾ ਹੈ। ਸੋ ਅਜਿਹੀ ਜਿਹੜੀ ਹਲਚਲ ਆ ਉਹ ਕੁਝ ਕੁ ਹਿੱਸਿਆਂ ਵਿੱਚ ਦੇਖਣ ਨੂੰ ਮਿਲ ਸਕਦੀ ਹੈ, ਖਾਸ ਤੌਰ 'ਤੇ ਪੰਜਾਬ ਦਾ ਕੁਝ ਦੱਖਣ ਪੱਛਮੀ ਹਿੱਸਾ ਅਤੇ ਕੁਝ ਦੱਖਣ ਪੂਰਬੀ ਇਲਾਕੇ ਨੇ, ਜੋ ਇਹਨਾਂ ਇਲਾਕਿਆਂ ਦੇ ਵਿੱਚ ਕੁਝ ਥੋੜ੍ਹੀ ਬਹੁਤ ਹਲਚਲ ਦੁਪਹਿਰ ਬਾਅਦ ਸ਼ਾਮ ਰਾਤ ਦੇ ਆਸ ਪਾਸ ਹੋਣ ਦੇ ਚਾਂਸ ਜਿਹੜੇ 10-20% ਬਣਦੇ ਹੋਏ ਨਜ਼ਰ ਆ ਰਹੇ ਨੇ। ਬਾਕੀ ਜੇਕਰ ਕੋਈ ਅਜਿਹੀ ਮੌਸਮੀ ਹਲਚਲ ਬਣੇਗੀ ਤਾਂ ਦੁਪਹਿਰ ਤੋਂ ਬਾਅਦ ਜੇਕਰ ਅਪਡੇਟ ਮਿਲਦੀ ਹੈ ਤਾਂ ਉਸ ਦੀ ਜਾਣਕਾਰੀ ਆਪਾਂ ਵੱਖਰੇ ਤੌਰ 'ਤੇ ਤੁਹਾਡੇ ਲਈ ਲੈ ਕੇ ਫਿਰ ਹਾਜ਼ਰ ਹੋਵਾਂਗੇ। ਸੋ ਫਿਲਹਾਲ ਮੌਸਮ ਜ਼ਿਆਦਾਤਰ ਸਾਰ ਨੇ ਠੀਕ ਠਾਕ ਹੀ ਰਹੇਗਾ 25 ਅਤੇ 26 ਅਪ੍ਰੈਲ ਨੂੰ।